C'est vrai, mon vivec. Sont mauvais. Fond du camp de la mer. Sammy? Sammy? ਯਾਰ ਹੌਲੀ ਹੱਥ ਮਾਰੇ ਕਰ ਆ ਕੀ ਹੈ ਫੋਟੋ ਆ ਰਹੀ ਸਮੀ ਤੁਸੀਂ ਬੈਂਕਾਕ ਕਦ ਗਏ ਸੀ ਮੈਂ ਬੈਂਕਾਕ ਆ ਦੇਖੋ ਤੁਹਾਡੇ ਫਰੈਂਡ ਨੇ ਸਟੇਟਸ ਪਾਇਆ ਅਮਰ ਦੇਵਗਨ ਚੈੱਕਡ ਇਨ ਬੈਂਕਾਕ ਏਅਰਪੋਰਟ ਵਿਦ ਸਮੀ ਗਿਲ ਏਅਰਪੋਰਟ ਤੇ ਚੈੱਕਡ ਇਨ ਹੋਏ ਮੈਡਮ ਬਾਹਰ ਥੋੜੀ ਗਏ ਬੈਂਕਾਕ ਏਅਰਪੋਰਟ ਤੇ ਜਦ ਮੈਂ ਇੰਡੀਆ ਗਿਆ ਤਾਂ ਬੈਂਕਾਕ ਟ੍ਰਾਂਜ਼ਿਟ ਸੀਗਾ ਉੱਥੇ ਅੰਦਰ ਅਸੀਂ ਮਿਲ ਪਏ ਉਹ ਵੀ ਆ ਗਿਆ ਸੀ ਉਹਨੇ ਫੋਟੋ ਪਾ ਦੀ ਕਹਿੰਦਾ ਦੱਸ ਦਿੰਦੇ ਹਾਂ ਵੀ ਅਸੀਂ ਬੈਂਕਾਕ ਆਏ ਹਾਂ ਵੈਸੇ ਇੱਦਾਂ ਨਹੀਂ ਹੋ ਸਕਦਾ ਹਾਂ ਤੁਸੀਂ ਨਾ ਸ਼ਰਮ ਕਰ ਲਓ ਕੁਛ ਫੋਟੋ ਹੈ ਤੁਹਾਡੀ ਸਾਫ਼ ਨਜ਼ਰ ਆ ਰਿਹਾ ਦੋ ਬੱਚੇ ਆ ਤੁਹਾਡੇ ਏਅਰਪੋਰਟ ਦੀ ਫੋਟੋ ਆ ਏਅਰਪੋਰਟ ਦੀ ਜਾਨ ਬਾਹਰ ਦੀ ਨਹੀਂ ਹੈਗੀ ਦੇਖ ਦੇਖ ਪਰ ਤੁਸੀਂ ਉਹਦੇ ਨਾਲ ਗਏ ਹੋ ਮੈਂ ਕਦ ਚਲੇ ਜਾਊਂ ਯਾਰ ਮੈਂ ਪਹਿਲਾਂ ਤਾਂ ਬੈਂਕ ਅਕਾਊਂਟ ਚੈੱਕ ਕਰਾਂ ਖੋਪੇ ਲਾ ਕੇ ਰੱਖਦਾ ਮੈਂ ਤਾਂ ਦੇਖਦਾ ਨੀ ਕਿਸੇ ਵੱਲ ਗਲਤ ਮੇਰੇ ਤੇ ਗਲਤ ਇਲਜ਼ਾਮ ਲਾਈ ਜਾਂਦੇ ਜਿਹਨੇ ਗਲਤ ਮੈਨੂੰ ਤੇਰੀ ਲੱਗੇ ਸਾਹ ਲੱਗੇ ਬਸ ਅੱਛਾ ਪਾਸਪੋਰਟ ਕਿੱਥੇ ਤੁਹਾਡਾ ਪਾਸ ਮੇਰਾ ਪਾਸਪੋਰਟ ਤਾਂ ਕੀ ਕਰਨਾ ਸਟੈਂਪ ਚੈੱਕ ਕਰਨੀ ਹੈ ਮੈਂ ਹੁਣ ਸਾਲੇ ਇਹ ਨਹੀਂ ਯਾਦ ਵੀ ਸਟੈਂਪ ਲਾਈ ਸੀ ਕਿ ਨਹੀਂ ਲਾਈ ਸੀ ਉਹਨਾਂ ਨੇ ਸੈਮੀ ਮੈਨੂੰ ਕੁਝ ਹੋ ਰਿਹਾ ਪਾਸਪੋਰਟ ਮੈਂ ਕਿੱਥੇ ਰੱਖਤਾ ਓ ਯਾਰ ਹਾਂ ਉਹ ਬੈਗ ਜੀ ਪਿਆ ਬਾਹਰ ਗਰਾਜ ਪਿਆ ਬੈਗ ਹਾਂ ਲੈ ਕੇ ਆਓ ਫਿਰ ਨਾਜ਼ ਹਨੇਰਾ ਹੋ ਗਿਆ ਯਾਰ ਬਾਹਰ ਤੈਨੂੰ ਪਤਾ ਮੈਨੂੰ ਹਨੇਰੇ ਤੋਂ ਕਿੰਨਾ ਡਰ ਲੱਗਦਾ ਤੂੰ ਮੈਨੂੰ ਸਵੇਰੇ ਯਾਦ ਕਰਾ ਦੀ ਪੱਕਾ ਮੈਂ ਭੁੱਲਾਂ ਜਾਵਾਂ ਕਈ ਵਾਰ ਭੁੱਲੇ ਨਾ ਹੁਣ ਤੂੰ ਸੌਂ ਜਾ ਪਲੀਜ਼ ਕੀ ਫੋਟੋ ਵਾਰ ਵਾਰ ਦਿਖਾਈ ਜਾਂਦੀ ਮੈਨੂੰ ਡਰ ਲੱਗ ਜਾਂਦਾ ਹੱਦ ਹੋ ਗਈ ਇੰਨਾ ਚੰਗਾ ਮੁੰਡਾ ਮੈਂ ਸੌਂ ਜਾ ਇਹ ਅਮਰ ਦੇਵ ਗਾਂਧੀ ਤਾਂ ਮੈਂ ਸਵੇਰੇ ਬਣਾਊਂਗਾ ਰੀਲ ਸਟੇਟਸ ਪਾਉਣ ਦੀ ਕੀ ਲੋੜ ਸੀ ਅਮੀ ਮੈਂ ਟੂਏ ਕੁੱਟ ਰਹਾ ਅਮਰ ਤੇ ਦੇਵਗਨ ਨੂੰ ਦੋਸਤਾਂ ਨੇ ਤਾਂ ਨਾ ਨਹੀਂ ਲਿਆ ਅਮਰ ਫੋਨ ਨਹੀਂ ਚੱਕਦਾ ਫੋਨ ਪਤਾ ਨਹੀਂ ਬੰਦ ਕਰਕੇ ਕਿੱਥੇ ਚਲੇ ਜਾਂਦੇ ਨੇ ਦਵਿੰਦਰ ਨੂੰ ਕਰਦਾ ਹਾਂ ਸੈਮੀ ਬੋਲ ਹੈਲੋ ਦਵਿੰਦਰ ਓਏ ਅਮਰ ਕਿੱਥੇ ਆ ਮੈਨੂੰ ਕੀ ਪਤਾ ਯਾਰ ਉਹ ਕਿਹੜਾ ਮੇਰੇ ਨਾਲ ਸੌਂਦਾ ਵੀ ਫੋਨ ਕਰ ਲਿਓ ਉਹਨੂੰ ਮਾੜਾ ਮੋਟਾ ਫੋਨ ਉਹਨੂੰ ਚੱਕ ਲਿਆ ਕਰ ਯਾਰ ਕੋਈ ਜ਼ਰੂਰੀ ਬੰਦੇ ਨੇ ਗੱਲ ਕਰਨੀ ਹੁੰਦੀ ਆ ਉਹ ਕੁੰਭ ਕਰਨਾ ਇੱਕ ਨੰਬਰ ਦਾ ਯਾਰ ਸੁੱਤਾ ਪਿਆ ਹੋਣਾ ਤੈਨੂੰ ਕਾਹਦੀ ਕਾਹਲੀ ਪਈ ਹੋਈ ਆ ਯਾਰ ਕਾਹਲੀਆਂ ਮੈਨੂੰ ਤਾਂ ਪੈ ਰਹੀਆਂ ਨੇ ਉਹਨੂੰ ਐਂ ਪੁੱਛ ਕਿ ਸਾਲਿਆ ਤੈਨੂੰ ਕੀ ਲੋੜ ਸੀ ਸਟੇਟਸ ਪਾਉਣ ਦੀ ਬੈਂਕਾਕ ਫਿਰ ਤਾਂ ਚੈੱਕ ਇਨ ਕਰਨ ਦਾ ਬੈਂਕਾਕ ਇਹ ਤਾਂ ਉਹਦੀ ਸਾਲੇ ਦੀ ਪੁਰਾਣੀ ਆਦਤ ਆ ਯਾਰ ਸਟੇਟਸ ਸਟੂਟਸ ਦੇ ਪਾਉਣ ਦੀ ਜਿਹੜੀ ਚੀਜ਼ ਦੇਖੋ ਚੈੱਕ ਆਈ ਐਮ ਹਗਿੰਗ ਬੈਂਕਾਕ ਆਈ ਐਮ ਡੂਇੰਗ ਦਿਸ ਬੈਂਕਾਕ ਟੋਇਲਟ ਜਾਣ ਲੱਗੀ ਬੈਂਕਾਕ ਯਾਰ ਆ ਹਗਿੰਗ ਹੁਗਿੰਗ ਦਾ ਨਾਮ ਨਾ ਲੈ ਮੈਨੂੰ ਜ਼ੋਰ ਪੈ ਜਾਣਾ ਘਰੇ ਮੇਰੇ ਗਾਲਾਂ ਪੈ ਰਹੀਆਂ ਮੇਰੀ ਵਾਈਫ ਪਤਨੀ ਤੁਹਾਡੇ ਘਰੇ ਆ ਰਹੀ ਹੁਣ ਓਏ ਬਾਬੀ ਨੇ ਇੱਥੇ ਕੀ ਕਰ ਲਉਣਾ ਤੇਰੀ ਜਾਨੇ ਤੇਰੇ ਛੱਤਰ ਪੈਣਗੇ ਨਾਲੇ ਅਮਰ ਦੇ ਪੈਣਗੇ ਉਹ ਮੈਂ ਨਿਕਲਦਾ ਮੈਨੂੰ ਬਹੁਤ ਡਰ ਲੱਗਦਾ ਲੜਾਈ ਲੜੂਈ ਤੋਂ ਯਾਰ ਤੈਨੂੰ ਪਤਾ ਹੀ ਯਾਰ ਤੂੰ ਕਿੱਥੇ ਇਸ ਟਾਈਮ ਤੇਰੇ ਮੈਂ ਹੁਣ ਘਰੋਂ ਬਾਹਰ ਫਿਰਦਾ ਮੈਂ ਅੰਦਰ ਨਹੀਂ ਵੜਿਆ ਮੈਂ ਤਾਂ ਆਪ ਚੱਲਿਆ ਘਰੋਂ ਕੀ ਹੈ ਯਾਰ ਜਨਤਾ ਦਾ ਔਖਾ ਤੈਨੂੰ ਪਤਾ ਵੀ ਨਹੀਂ ਤਾਂ ਕੀ ਹੋ ਰਿਹਾ ਕੀ ਹੋ ਰਿਹਾ ਦੀਦੀ ਤੂੰ ਨਾ ਆਪਣੇ ਬੰਦੇ ਨੂੰ ਸੰਭਾਲ ਲੈ ਨਹੀਂ ਤਾਂ ਆਪਣੀ ਵੀ ਨਹੀਂ ਇਹਨਾਂ ਨੇ ਬਣਨ ਦੇਣੀ ਇਹਨਾਂ ਨੇ ਇਹੋ ਜਿਹਾ ਕੀ ਕਿਹਾ ਤੁਸੀਂ ਟੁੱਟ ਕੇ ਆ ਕੇ ਪੈ ਗਏ ਹਾਂ ਇਹ ਮੈਨੂੰ ਕੀ ਕਿਹਾ ਹੁਣ ਤਾਂ ਕੌਣ ਹੈ ਮੈਨੂੰ ਬੋਲਣ ਵਾਲਾ ਇਹ ਤਾਂ ਮੇਰੇ ਬੰਦੇ ਨੂੰ ਪੱਟਿਆ ਪਿਆ ਮੇਰਾ ਘਰ ਖਰਾਬ ਹੋ ਰਿਹਾ ਇਹੋ ਜਿਹੀ ਕੀ ਗੱਲ ਹੋ ਗਈ ਜਿਹੜਾ ਤੁਸੀਂ ਘਰ ਤੇ ਕਹੀ ਜਿਵੇਂ ਮੇਰਾ ਖਰਾਬ ਹੋਈ ਜਾਂਦਾ ਮੈਨੂੰ ਨਹੀਂ ਪਤਾ ਇਹ ਬੈਂਕਾਕ ਜਾ ਕੇ ਆਏ ਨੇ ਹਾਂ ਫੇ ਕੰਮ ਦੇ ਸਿਲਸਿਲੇ ਜਾ ਕੇ ਆਏ ਨੇ ਮੈਨੂੰ ਦੱਸ ਕੇ ਗਏ ਨੇ ਬੈਂਕਾਕ 'ਚ ਕੰਮ ਦੇ ਸਿਲਸਿਲੇ 'ਚ ਕੋਈ ਨਹੀਂ ਜਾਂਦਾ ਪੁੱਠੇ ਕੰਮ ਕਰਨ ਜਾਂਦਾ ਕਿਹੜੇ ਪੁੱਠੇ ਕੰਮ ਕਰਨ ਜਾਂਦਾ ਤੈਨੂੰ ਸਟੇਟਸ ਬਾਰੇ ਪਤਾ ਕੁਛ
ਕੁੱਤੇ ਅਮਰ ਨੇ ਪਾਏ ਹੋਏ ਨੇ ਸਟੇਟਸ ਕਾਹਦੇ ਤੇ ਪਾਏ ਹੋਏ ਨੇ ਫੇਸਬੁੱਕ ਤੇ ਕਦੇ ਖੋਲ ਕੇ ਦੇਖੀਏ ਫੇਸਬੁੱਕ ਹੈਗੀ ਤੇ ਹੈਗੀ ਮੇਰੇ ਫੋਨ 'ਚ ਮੈਂ ਨਹੀਂ ਕਦੇ ਖੋਲੀ ਹੈਗੀ ਆ ਤੁਸੀਂ ਨਚਾਣਾ ਕਰ ਪੱਤਰ ਫੜ ਰੱਖੇ ਡਬਲਾ ਫਿਰ ਮੈਨੂੰ ਇਹਨੇ ਚਲਾਉਣੀਆਂ ਹੀ ਨਹੀਂ ਸਿਖਾਈ ਹੈਗੀ ਸਿੱਖ ਲਓ ਫਿਰ ਜੇ ਮਾੜਾ ਮੋਟਾ ਆਪਣੇ ਬੰਦਿਆਂ ਨੂੰ ਕੰਟਰੋਲ 'ਚ ਰੱਖਣਾ ਇਹਨੂੰ ਸਿੱਖ ਲਓ ਇਹਨਾਂ ਨੂੰ ਦੇਖ ਲਿਆ ਕਰੋ ਇਹ ਤਾਂ ਕੰਟਰੋਲ ਦੇ ਵਿੱਚ ਹੀ ਨੇਗੇ ਤੁਹਾਨੂੰ ਮੈਂ ਦਿਖਾਉਂਦੀ ਹਾਂ ਤੁਹਾਡਾ ਕੰਟਰੋਲ ਆ ਦੇਖ ਪਰ ਇਹ 'ਚ ਤਾਂ ਇਕੱਲੀਆਂ ਕੁੜੀਆਂ ਹੀ ਨੇ ਨਾ ਅਮਰ ਆ ਨਾ ਇਹ ਨਹੀਂ ਨਾ ਸੈਮੀ ਵੀਰ ਜੀ ਨੇ ਉਹ ਹੈ ਤਾਂ ਉੱਥੇ ਹੀ ਨਾ ਆਲੇ ਨਾਲ ਹੀ ਨੇ ਨਾ ਇਹਨਾਂ ਦੇ ਇਹ ਬੈਂਕਾਕ ਦੀਆਂ ਫੋਟੋਆਂ ਨੇ ਹਾਂ ਉੱਥੇ ਆਹੀ ਕੁਛ ਹੈ ਹਾਂ ਹਾਂ ਨਹੀਂ ਮੇਰੇ ਤੋਂ ਛਿੱਤਰ ਖਾ ਲੂਗਾ ਉਹ ਫਿਰ ਨਾ ਮੈਨੂੰ ਆ ਕੇ ਬੋਲੀ ਕਿ ਤੂੰ ਕਿਉਂ ਖੜਿਆ ਤਾਂ ਹੀ ਦੀਦੀ ਸੈਮੀ ਵੀਰ ਜੀ ਨੇ ਸਵੇਰੇ ਫੋਨ ਆਇਆ ਸੀਗਾ ਇਹ ਬਾਹਰ ਨਿਕਲ ਕੇ ਘਰੋਂ ਅਮਰ ਦੇ ਨਾਲ ਦੇ ਕਮਰੇ 'ਚ ਹੀ ਪਿਆ ਅੱਛਾ ਹੁਣ ਤਾਂ ਮੈਂ ਫੜਦੀ ਹਾਂ ਤੇਰੇ ਕਿਹੜਾ ਫੋਨ 'ਤੇ ਉਹਨਾਂ 'ਤੇ ਕੰਟਰੋਲ ਕਰ ਲਿਆ ਕਰ ਲੱਗਿਆ ਰਹਿੰਦਾ ਸੈਮੀ ਵੀ ਫੋਨ 'ਤੇ ਇਹਨਾਂ ਦੇ ਨਾਲ ਸਾਈਆਂ ਵਧਾਈਆਂ ਲਾਉਣ ਖਬਰਦਾਰ ਜੇ ਕਦੇ ਕਿਤੇ ਜਾਣ ਦਿੱਤਾ ਉੱਧਰੋਂ ਮੈਂ ਕੰਟਰੋਲ ਰੱਖੂੰਗੀ ਇੱਧਰੋਂ ਤੂੰ ਕੰਟਰੋਲ ਕਰ ਕੋਈ ਗੱਲ ਨਹੀਂ ਮੈਂ ਅੱਗੇ ਤੋਂ ਧਿਆਨ ਰੱਖੂੰਗੀ ਮੈਨੂੰ ਅਮਰ ਨੂੰ ਫੜ ਲੈਣ ਦੇ ਪਹਿਲਾਂ ਜਾ ਕੇ ਦੇਖ ਅਮਰਾ ਪਬਲਿਕ ਕੀ ਨੂੰ ਲੂਗੀ ਹੋਣਾ ਕਿ ਉਹ ਮੇਰੀ ਗੱਲ ਤੋਂ ਸੁਣੋ ਪਾਣੀ ਕਿੱਥੇ ਆਇਆ ਤੂੰ ਸੈਮੀ ਕਿੱਥੇ ਲੈ ਕੇ ਗਿਆ ਸੀ ਤੂੰ ਮੈਂ ਕਿੱਥੇ ਲੈ ਕੇ ਗਿਆ ਬੈਂਕਾਂ ਹੁਣ ਤਾਂ ਕਹਾਂ ਤੂੰ ਨਿਸ਼ਾਨ ਵਾਲਾ ਮੇਰੀ ਗੱਲ ਤਾਂ ਸੁਣ ਤੂੰ ਕੀ ਸੁਣਾ ਮੈਂ ਤੇਰੀ ਗੱਲ ਉਹ ਸਟੇਟਸ ਕਿਉਂ ਪਾਉਂਦੇ ਸਟੇਟਸ ਕਿਹੜੇ ਕਿਹੜੇ ਫੋਟੋ ਦੇਖੀਆਂ ਨੇ ਮੈਨੇ ਫੋਟੋ ਪਬਲਿਕ ਆ ਸੀ ਤੁਸੀਂ ਸਾਈਆਂ ਵਧਾਈਆਂ ਲਾਉਣ ਵਾਲੇ ਹੁੰਦੇ ਪਾਣਾ ਤੇ ਗੱਲ ਤਾਂ ਸੁਣ ਲੋ ਸਵੇਰ ਹੁੰਦੀ ਤੁਹਾਡੇ ਫੋਨ ਵੱਜਣ ਲੱਗ ਜਾਂਦੇ ਨੇ ਉਹ ਪਬਲਿਕ ਆ ਤੁਸੀਂ ਵਿਗੜੇ ਹੋਏ ਹੈਗੇ ਹੀ ਹੋ ਤੁਸੀਂ ਮੇਰੇ ਵਾਲਾ ਵੀ ਵਿਗਾੜਨਾ ਪਬਲਿਕ ਆ ਸੀ ਮੇਰੇ ਮੈਂ ਨਹੀਂ ਵਿਗੜਨ ਦੇਣਾ ਆਪਣਾ ਘਰ ਪਬਲਿਕ ਆ ਸੀ ਮੈਂ ਤਾਂ ਇੱਕ ਤੇ ਮੇਰੀ ਗੱਲ ਤਾਂ ਸੁਣ ਲੋ ਮੇਰੀ ਗੱਲ ਤਾਂ ਕੀ ਸੁਣ ਲੋ ਮੇਰੀ ਗੱਲ ਬੈਠੋ ਤੋਂ ਮੈਨੂੰ ਕੀ ਸੁਣਾਏਗਾ ਮੈਨੂੰ ਮੈਂ ਨਹੀਂ ਹੋਣ ਦੇਣਾ ਜਿਹੜਾ ਕੁਝ ਤੁਸੀਂ ਚਾਹੁੰਦੇ ਹੋ ਪਬਲਿਕ ਜੀ ਅਸੀਂ ਮਿਲੇ ਸੀ ਅਸੀਂ ਕੁਝ ਨਹੀਂ ਕੀਤਾ ਹੈਗਾ ਅਸੀਂ ਸਿਰਫ ਵੀਰਾ ਨੂੰ ਮਿਲੇ ਸੀਗੇ ਕੀ ਮਿਲੇ ਸੀ ਅਸੀਂ ਸੈਮੀ ਵੀਰ ਨੂੰ ਸਿਰਫ ਮਿਲੇ ਸੀਗੇ ਵੀਰਾ ਮਲੇਸ਼ੀਆ ਤੋਂ ਆਸਟ੍ਰੇਲੀਆ ਤੋਂ ਮਲੇਸ਼ੀਆ ਉਤਰਿਆ ਸੀਗਾ ਅਸੀਂ ਬੈਂਕਾਕ ਤੋਂ ਮਲੇਸ਼ੀਆ ਉਤਰੇ ਸੀਗੇ ਸਾਡੀ ਸਟੇ ਸੀਗੀ ਅਸੀਂ ਉੱਥੇ ਮਿਲੇ ਸੀਗੇ ਮੈਂ ਫੈਸੇ ਫੋਟੋ ਪਾਤੀ ਦੱਸੋ ਹੱਦ ਹੈ ਫਿਰ ਕੀ ਹੋਇਆ ਸਟੇਟਸ ਪਾਇਆ ਅੱਛਾ ਸਟੇਟਸ ਹੈ ਪਬਲਿਕ ਸਿਰਫ ਮੈਂ ਕੌਣ ਦਾ ਸਟੇਟਸ ਪਾਣਾ ਸੀ ਸਿਰਫ ਤੁਸੀਂ ਜਵਾਬ ਨਹੀਂ ਸਮਝਦਾ ਸਿਰਫ ਨਾ ਮੈਨੂੰ ਪਾਸੇ ਦੀ ਅਕਲ ਨਹੀਂ ਪਬਲਿਕ ਗੱਲ ਤਾਂ ਸੁਣ ਲਓ ਜੋ ਕੁਝ ਤੁਸੀਂ ਕਹੀ ਜਾਓਗੇ ਉਹ ਅਸੀਂ ਮੰਨੀ ਜਾਵਾਂਗੇ ਉਹ ਪਬਲਿਕ ਮੈਂ ਤਾਂ ਗੱਲ ਕੁਝ ਮੰਨ ਲੈਂਦੀ ਹਾਂ ਤੁਸੀਂ ਬੈਠੋ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਆਉਂਦੇ ਕੁੱਟਣ ਲੱਗ ਗਏ ਮੈਨੂੰ ਕੁੱਟਣਾ ਹੀ ਹੈ ਹੋ ਤਾਂ ਮੈਂ ਬਖਸ਼ ਦਵਾਂ ਤੂੰ ਹੀ ਤਾਂ ਹੈ ਜੜ ਸਾਰੇ ਕਾਸੇ ਦੀ ਨਹੀਂ ਮੈਂ ਕਹਿੰਦੀ ਵਿਆਹ ਕਰਾ ਲੈ ਵਿਆਹ ਕਰਾ ਲੈ ਆਹ ਕੰਮ ਛੱਡ ਦੇ ਇਹਨਾਂ ਨੂੰ ਇੱਕ ਨਹੀਂ ਪੂਰੀ ਪੈਂਦੀ ਸਾਲੇ ਵਿਆਹਿਆ ਹੋਇਆ ਨੂੰ ਮੇਰੀ ਸੁਲਤ ਹੋਣ ਦਿੰਦੇ ਜੋਕਾਂ ਵਾਲਾ ਹੈ ਜੋਕਾਂ ਵਾਲਾ ਕੀ ਤੂੰ ਸੁਲਤਾਪ ਲਏਗਾ ਸਾਡਾ ਤੁਸੀਂ ਬੈਠੋ ਇੱਕ ਮਿੰਟ ਬੈਠੋ ਬਿਠਾ ਲੈ ਮੈਨੂੰ ਹਾਂ ਦੱਸ ਕੀ ਸਫਾਈ ਦਿੰਦਾ ਤੂੰ ਤੁਹਾਨੂੰ ਪਤਾ ਹੀ ਆ ਅਸੀਂ ਆਪਣੀ ਫੈਕਟਰੀ ਆ ਹਾਂ ਹੈ ਹਨਾ ਜੀ ਹਰੇਕ ਮੁਲਕ ਦੇ ਗੱਡੀਆਂ ਵੀ ਚੱਲਦੀਆਂ ਨੇ ਹਾਂ ਚੱਲਦੀਆਂ ਨੇ ਆਸਟ੍ਰੇਲੀਆ ਵੀ ਚੱਲਦੀਆਂ ਨੇ ਇੰਡੀਆ ਵੀ ਚੱਲਦੀਆਂ ਨੇ ਬੈਂਕਾਕ ਵੀ ਚੱਲਦੀਆਂ ਨੇ ਹਾਂ ਉਹਨਾਂ ਵਿੱਚ ਪਾਰਟ ਵੀ ਪੈਂਦੇ ਨੇ ਸਪੇਅਰ ਪਾਰਟ ਵੀ ਪੈਂਦੇ ਨੇ ਗੱਡੀਆਂ ਖਰਾਬ ਵੀ ਹੁੰਦੀਆਂ ਨੇ ਹਾਂ ਤੇ ਤੁਹਾਨੂੰ ਪਤਾ ਹੀ ਆ ਅਸੀਂ ਉਹ ਪਾਰਟ ਬਣਾਉਂਦੇ ਆ ਅਸੀਂ ਭੇਜਦੇ ਆ ਅਸੀਂ ਮੁਲਕਾਂ 'ਚ ਭੇਜਦੇ ਆ ਆਪਣਾ ਇੰਪੋਰਟ ਐਕਸਪੋਰਟ ਦਾ ਕੰਮ ਆ ਪਤਾ ਕਿ ਨਹੀਂ ਪਤਾ ਪਤਾ ਹੈ ਅਸੀਂ ਪੇਮੈਂਟ ਲੈਣ ਗਏ ਸੀ ਉਹਦੇ ਸਾਰੇ ਕੁੱਟਣ ਲੱਗ ਗਏ ਖਬਰਦਾਰ ਜੇ ਤੂੰ ਅੱਜ ਤੋਂ ਬਾਅਦ ਕੁਝ ਕਰਤੂਤਾਂ ਕੀਤੀਆਂ ਨੇ ਹੁਣ ਤਾਂ ਮੈਂ ਜਾ ਹੀ ਰਹੀ ਹਾਂ ਮੈਨੂੰ ਸੁੱਕੇ ਛੱਡ ਕੇ ਅੱਗੇ ਵੱਲ ਨੂੰ ਸੁੱਕਾ ਨਹੀਂ ਛੱਡਦੀ ਮੈਂ ਅੱਜ ਨੂੰ ਇੰਨਾ ਕੁੱਟ ਰਹੀ ਹਾਂ ਮੈਨੂੰ ਸੁੱਕਾ ਛੱਡਿਆ ਹੁਣ ਹਾਂ ਮਰ ਉਹ ਯਾਰ ਦਵਿੰਦਰ ਵੀਰੇ ਤੁਸੀਂ ਆਪ ਤਾਂ ਨਿਕਲ ਗਏ ਯਾਰ ਮੈਨੂੰ ਤੁਸੀਂ ਲੈ ਕੇ ਨਹੀਂ ਜਾ ਸਕਦੇ ਸੀਗੇ ਮੈਂ ਤੁਸੀਂ ਕੁੱਟ ਪਵਾਤੀ ਤੂੰ ਸਟੇਟਸ ਕਿਉਂ ਪਾਇਆ ਮੈਂ ਆਪ ਲੁਕਿਆ ਬੈਠਾ ਹੁਣ ਤੂੰ ਐਂ ਕਰ ਸਟੇਟਸ ਪਾ ਇੱਕ ਹੋਰ ਹੈਵਿੰਗ ਕੁੱਟ ਫਰੋਮ ਭਾਬੀ ਤੇਰੇ ਤਾਂ ਸਾਲਾ ਜੁੱਤੀਆਂ ਪੈਣੀਆਂ ਚਾਹੀਦੀਆਂ ਜੁੱਤੀਆਂ ਜਿਹੋ ਜਿਹੇ ਤੇਰੇ ਕੰਮ ਨੇ